ਸ਼੍ਰੀਕਾਲ ਜੀ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਐਂਡ ਥੈਂਕ ਯੂ ਉਹਨਾਂ ਦਾ ਜੀ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕੀਤਾ ਜੀ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਪਲੀਜ਼ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦੀ ਹਾਂ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਪਲੀਜ਼ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਕ੍ਰੀਏਸ਼ਨਸ ਕਿਤਾ ਸਾਹਮਣੇ 4 ਸੂਟ ਲੈ ਕੇ ਆਈ ਇੱਕ ਤਾਂ ਅਨਸਟਿਚ ਹੈ ਤੇ 3 ਸਟਿਚਡ ਨੇ ਬਾਕੀ ਜਿਵੇਂ ਮੈਂ ਵੀਡੀਓ ਦੇ ਵਿੱਚ ਸ਼ੋ ਕਰੂੰਗੀ ਮੈਂ ਤੁਹਾਨੂੰ ਉਹਦਾ ਕਲਰ ਵੀ ਸਾਰਾ ਕੁਝ ਮੈਂਸ਼ਨ ਕਰ ਦੂੰਗੀ ਵੀ ਤੁਸੀਂ ਇਹਨੂੰ ਕਿਵੇਂ ਚੇਂਜ ਕਰਵਾ ਸਕਦੇ ਹੋ ਤੇ ਜਿਹੜਾ ਤੁਸੀਂ ਸਟਾਫ ਹੈ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਨਾਲ ਦੀ ਨਾਲ ਹੀ ਸ਼ੇਅਰ ਕਰ ਦੂੰਗੀ ਵੀ ਕਿਹੜਾ ਉਹਦਾ ਸਟਾਫ ਹੈ ਤੁਸੀਂ ਸਟਾਫ ਜਿਹੜਾ ਵੀ ਮਰਜ਼ੀ ਲੈ ਸਕਦੇ ਹੋ ਜਿਹੜਾ ਅਨਸਟਿਚ ਦਾ ਤੁਸੀਂ ਉਹ ਇਦਾਂ ਹੀ ਬਾਏ ਕਰ ਸਕਦੇ ਹੋ ਜੋ ਬਿਨਾਂ ਦੁਪੱਟੇ ਤੋਂ ਸਾਡਾ ਸੂਟ ਬਣਿਆ ਹੋਇਆ ਆ ਤੁਸੀਂ ਚਾਹੋਗੇ ਤਾਂ ਅਸੀਂ ਦੁਪੱਟਾ ਉਹਦੇ ਨਾਲ ਰੈਡੀ ਕਰ ਦਵਾਂਗੇ ਅਗਰ ਤੁਹਾਨੂੰ ਇਦਾਂ ਹੀ ਸੂਟ ਚਾਹੀਦਾ ਹੈ ਉਹ ਹੈਂਡ ਵਰਕ ਦਾ ਸੂਟ ਆ ਜਦੋਂ ਮੈਂ ਸ਼ੋਅ ਕਰੂੰਗੀ ਤੁਹਾਨੂੰ ਮੈਂ ਉਹਦਾ ਕਲਰ ਵੀ ਦੱਸ ਦੂੰਗੀ ਤੇ ਉਹਦਾ ਜਿਹੜਾ ਸਟਾਫ ਹੈ ਉਹ ਵੀ ਦੱਸ ਦੂੰਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਲੈਕ ਕਲਰ ਦਾ ਸੂਟ ਸ਼ੋਅ ਕਰਦੀ ਹਾਂ ਹੈਂਡ ਵਰਕ ਦਾ ਸੂਟ ਹੈ ਜੀ ਇਹ ਵੀ ਬਹੁਤ ਜ਼ਿਆਦਾ ਸਿੰਪਲ ਤੇ ਸੋਬਰ ਜਿਹਾ ਬਣਿਆ ਹੋਇਆ ਤੁਸੀਂ ਇਦਾਂ ਦਾ ਸੇਮ ਡਿਜ਼ਾਈਨ ਬਣਵਾ ਸਕਦੇ ਹੋ ਤੇ ਇਹ ਸ਼ੀਸ਼ਿਆਂ ਨਾਲ ਬਣਿਆ ਹੋਇਆ ਆ ਜਿਵੇਂ ਅੱਜ ਕੱਲ ਮਿਰਰ ਵਰਕ ਕਾਫੀ ਚੱਲਦਾ ਆ ਕਈ ਤਾਂ ਹੁੰਦੇ ਵੀ ਲੈਸਿਸ ਵਗੈਰਾ ਨਾਲ ਵੀ ਬਣਵਾ ਲੈਂਦੇ ਆ ਲੈਸਿਸ ਨਾਲ ਇਹ ਹੋ ਜਾਂਦਾ ਥੋੜਾ ਜਿਹਾ ਨਾ ਵੀ ਮੀਨਸ ਲੈਸਿਸ ਦੇ ਨਾਲ ਆਪਾਂ ਨੂੰ ਥੋੜੀ ਜਿਹੀ ਇਹ ਪ੍ਰੋਬਲਮ ਆ ਜਾਂਦੀ ਆ ਵੀ ਕਈ ਵਾਰੀ ਉਤਰਨ ਦਾ ਡਰ ਹੋ ਜਾਂਦਾ ਚਲੋ ਚੁੰਨੀ ਤੇ ਤਾਂ ਸਰਸਰ ਜਾਂਦਾ ਆ ਜਦੋਂ ਸੂਟ ਤੇ ਮਾੜਾ ਮੋਟਾ ਇੱਧਰ ਉੱਧਰ ਹੋ ਜੇ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਆ ਜਿਹੜੀ ਉਹਦੀ ਸਲਵਾਰ ਹੈ ਜੀ ਸਲਵਾਰਾਂ ਉਹਨਾਂ ਦੀਆਂ ਅਸੀਂ ਹੈਵੀ ਰੱਖੀਆਂ ਨੇ ਉਹਨਾਂ ਨੂੰ ਲਾਈਟ ਸਲਵਾਰਾਂ ਪਸੰਦ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਸਲਵਾਰ ਬਣਾ ਸਕਦੇ ਹੋ ਬਟ ਅਸੀਂ ਉਹਦੇ ਨੀਚੇ ਪਾਈਪਿੰਗ ਕੱਢਤੀ ਸਲਵਾਰ ਦੇ ਨੀਚੇ ਪਲਾਜ਼ੋ ਦੇ ਨੀਚੇ ਅਸੀਂ ਜ਼ਿਆਦਾਤਰ ਇਦਾਂ ਦਾ ਕੁਝ ਕਰ ਦਿੰਨੇ ਆ ਵੀ ਥੋੜੀ ਜੀ ਵਧੀਆ ਲੱਗੇ ਥੋੜੀ ਜੀ ਜ਼ਿਆਦਾ ਸਿੰਪਲ ਨਾਲ ਲੱਗੇ ਤੇ ਜਿਹੜਾ ਉਹਨਾਂ ਦਾ ਕਮੀਜ਼ ਆ ਉਹਨਾਂ ਨੇ ਇਦਾਂ ਦੀ ਸਿੰਪਲ ਜੀ ਬਣਵਾਈ ਹੋਈ ਆ ਤੁਸੀਂ ਇਹਦੇ ਨਾਲ 골ਡਨ ਟੱਚ ਵੀ ਬਣਵਾ ਸਕਦੇ ਹੋ ਉਹਨਾਂ ਨੇ ਸਿਲਵਰ ਟੱਚ ਲਿਆ ਆ ਇਸ ਕਰਕੇ ਜੇ ਅਸੀਂ ਇਹਦੀ ਪਾਈਪਿੰਗ ਜਿਹੜੀ ਆ ਉਹ ਵੀ ਸਿਲਵਰ ਲਗਾਈ ਹੋਈ ਆ ਸਾਰਾ ਕੁਝ ਉਹਨਾਂ ਦਾ ਸਿਲਵਰ ਕੀਤਾ ਹੋਇਆ ਆ ਆ ਦੇਖੋ ਸ਼ੀਸ਼ਿਆਂ ਦੇ ਨਾਲ ਅਸੀਂ ਵਰਕ ਕੀਤਾ ਹੋਇਆ ਚੌਕ ਘੇਰੇ ਦਾ ਵਰਕ ਹੋਇਆ ਹੋਇਆ ਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਇਹ ਵੀ ਵਰਕ ਬਹੁਤ ਜ਼ਿਆਦਾ ਪ੍ਰੀਟੀ ਲੱਗ ਰਿਹਾ ਤੁਸੀਂ ਇਹਨੂੰ ਦੋ ਲਾਈਨਸ ਤੇ ਵੀ ਬਣਾ ਸਕਦੇ ਹੋ ਅਸੀਂ ਸਿੰਗਲ ਸਿੰਗਲ ਲਾਈਨ ਬਣਾਈ ਆ ਤੁਸੀਂ ਇਹਨੂੰ ਦੋ ਲਾਈਨਸ ਦੇ ਵਿੱਚ ਕ੍ਰੀਏਟ ਕਰ ਸਕਦੇ ਹੋ ਜੇ ਤੁਸੀਂ ਕਰਨਾ ਚਾਹੋਗੇ ਤਾਂ ਜੇ ਤੁਸੀਂ ਐਜ਼ ਇਟ ਇਜ਼ ਇਦਾਂ ਹੀ ਬਣਵਾਉਣਾ ਚਾਹੁੰਦੇ ਹੋ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ ਇਹ ਮਸ਼ੀਨ ਵਰਕ ਨਾਲ ਵੀ ਬਣ ਸਕਦਾ ਜੇ ਤੁਸੀਂ ਮਸ਼ੀਨ ਨਾਲ ਬਣਵਾਉਣਾ ਚਾਹੁੰਦੇ ਹੋ ਤਾਂ ਮਸ਼ੀਨ ਨਾਲ ਵੀ ਬਣ ਸਕਦਾ ਮਸ਼ੀਨ ਨਾਲ ਇਹ ਹੈ ਜੀ ਜਿਹੜੇ ਓਰੀਜਨਲ ਸ਼ੀਸ਼ੇ ਲੱਗੇ ਹੋਏ ਨੇ ਮਸ਼ੀਨ ਨਾਲ ਨਹੀਂ ਲੱਗਣੇ ਉਹਦੇ ਨਾਲ ਦੂਸਰੇ ਜਿਹੜੇ ਸ਼ੀਸ਼ੇ ਹੁੰਦੇ ਆਪਣੇ ਪਲਾਸਟਿਕ ਦੇ ਉਹ ਲੱਗ ਜਾਂਦੇ ਆ ਤੇ ਜਿਹੜੀ ਬੈਕ ਆ ਸਿੰਪਲ ਆ ਜਸਟ ਇੱਕ ਆਪਾਂ ਪਾਈਪਿੰਗ ਲਗਾ ਕੇ ਇਹਨੂੰ ਫਿਨਿਸ਼ ਕੀਤਾ ਹੋਇਆ ਤੇ ਜਿਹੜਾ ਉਹਨਾਂ ਦਾ ਗਲਾ ਬਣਿਆ ਹੋਇਆ ਜੀ ਗਲੇ ਤੇ ਅਸੀਂ ਬੈਂਡ ਦੇ ਉੱਤੇ ਵਰਕ ਕੀਤਾ ਹੋਇਆ ਦੇਖੋ ਮੈਂ ਕੋਲੇ ਕਰਕੇ ਦਿਖਾਉਂਦੀ ਆ ਜਿਵੇਂ ਆ ਬੈਂਡ ਬਣੀ ਹੋਈ ਹੈ ਨਾ ਬੈਂਡ ਦੇ ਉੱਤੇ ਅਸੀਂ ਇਦਾਂ ਸ਼ੀਸ਼ੇ ਜਿਹੜੇ ਇਦਾਂ ਟ੍ਰਾਇੰਗਲ ਟਾਈਪ ਲਗਾਏ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਇਦਾਂ ਵੀ ਬਣਵਾ ਸਕਦੇ ਹੋ ਟ੍ਰਾਇੰਗਲ ਟਾਈਪ ਵੀ ਬਣਵਾ ਸਕਦੇ ਹੋ ਦੇਖੋ ਜਦੋਂ ਵੇਅਰ ਕਰਨਗੇ ਤਾਂ ਇਹ ਵਰਕ ਆ ਜਿਹੜਾ ਸ਼ੀਸ਼ਿਆਂ ਦਾ ਉਹਨਾਂ ਦੇ ਇੱਥੇ ਗਲੇ ਤੇ ਬਿਲਕੁਲ ਆ ਜਾਊਗਾ ਤੇ ਬਹੁਤ ਸੋਹਣਾ ਲੱਗੂਗਾ ਬੈਂਡ ਦੇ ਉੱਤੇ ਜਿਹੜਾ ਵਰਕ ਹੁੰਦਾ ਬਹੁਤ ਪ੍ਰੀਟੀ ਲੱਗਦਾ ਇਦਾਂ ਤੇ ਜਿਹੜੀ ਉਹਨਾਂ ਦੀਆਂ ਬਾਹਾਂ ਬਣੀਆਂ ਹੋਈਆਂ ਜੀ ਬਾਹਾਂ ਤੇ ਵੀ ਅਸੀਂ ਇਦਾਂ ਟ੍ਰਾਇੰਗਲ ਟਾਈਪ ਹੀ ਬਣਾਇਆ ਹੋਇਆ ਸਿੰਗਲ ਇੱਕ ਨਹੀਂ ਦਿੱਤੀ ਹੋਈ ਉੱਪਰ ਇੱਕ ਇੱਕ ਹੋਰ ਸ਼ੀਸ਼ਾ ਧਰ ਦਿੱਤਾ ਵੀ ਥੋੜਾ ਜਿਹਾ ਹਨਾ ਥੋੜਾ ਜਿਹਾ ਹੈਵੀ ਜਿਹਾ ਲੱਗੇ ਬਹੁਤ ਸੋਹਣਾ ਲੱਗ ਰਿਹਾ ਜੀ ਸਿੰਪਲ ਆ ਸੋਬਰ ਆ ਬੜਾ ਪ੍ਰੀਟੀ ਸੂਟ ਲੱਗ ਰਿਹਾ ਇੰਨਾ ਕੋਈ ਹੈਵੀ ਵਰਕ ਨਹੀਂ ਹੈਗਾ ਵੀ ਆਪਾਂ ਇਹਨੂੰ ਵੀਅਰ ਨਾ ਕਰ ਸਕੀਏ ਬਹੁਤ ਵਧੀਆ ਲੱਗ ਰਿਹਾ ਵਰਕ ਜਿਹੜਾ ਇਹਦਾ ਦੁਪੱਟਾ ਜਿਹਦੇ ਦੁਪੱਟੇ ਤੇ ਅਸੀਂ ਲੈਸ ਲਗਾਈ ਹੋਈ ਆ ਸ਼ੀਸ਼ਿਆਂ ਵਾਲੀ ਜੇ ਤੁਸੀਂ ਇਹਦਾ ਦੁਪੱਟਾ ਵੀ ਸ਼ੀਸ਼ਿਆਂ ਵਾਲਾ ਇਦਾਂ ਹੈਂਡ ਵਰਕ ਕਰਵਾਉਣਾ ਚਾਹੋਗੇ ਥੋੜਾ ਜਿਹਾ ਐਕਸਪੈਂਸਿਵ ਚਲਾ ਜਾਊਗਾ ਜੇ ਥੋੜੀ ਜਿਹੀ ਤੁਸੀਂ ਰੇਂਜ ਇਸ ਨੂੰ ਠੀਕ ਰੱਖਣਾ ਆ ਤੇ ਜਿਵੇਂ ਅਸੀਂ ਸ਼ੀਸ਼ਿਆਂ ਦੀ ਲੈਸ ਲਗਾਈ ਹੋਈ ਆ ਇਦਾਂ ਤੁਸੀਂ ਇਦਾਂ ਸੇਮ ਸ਼ੀਸ਼ਿਆਂ ਦੀ ਲੈਸ ਲਗਵਾ ਸਕਦੇ ਹੋ ਸਾਨੂੰ ਐਜ਼ ਇਟ ਇਜ਼ ਮਿਲ ਗਈ ਜੀ ਕਈ ਵਾਰੀ ਇਦਾਂ ਹੁੰਦਾ ਵੀ ਆਪਾਂ ਨੂੰ ਨਾ ਲੈਸ ਲੈਣੀ ਬੜੀ ਮੁਸ਼ਕਿਲ ਹੋ ਜਾਂਦੀ ਆ ਬਟ ਐਜ਼ ਇਟ ਇਜ਼ ਜਿਵੇਂ ਅਸੀਂ ਸਿਲਵਰ ਕਲਰ ਦਾ ਹਨਾ ਇਹਦੇ ਤੇ ਸ਼ੀਸ਼ੇ ਵਗੈਰਾ ਯੂਜ਼ ਕੀਤੇ ਸੀ ਉਵੇਂ ਦੀ ਬਿਲਕੁਲ ਸੇਮ ਸ਼ੀਸ਼ਿਆਂ ਵਾਲੀ ਲੈਸ ਸਾਨੂੰ ਮਿਲ ਗਈ ਤੇ ਅਸੀਂ ਇਹ ਜਿਹੜੇ ਓਰੀਜਨਲ ਸ਼ੀਸ਼ੇ ਲੱਗੇ ਹੋਏ ਨੇ ਇਹਦੇ ਉੱਪਰ ਲੱਗੇ ਹੋਏ ਨੇ ਤੇ ਬਹੁਤ ਸੋਹਣੀ ਲੱਗ ਰਹੀ ਹੈ ਜੀ ਇਦਾਂ ਦੀ ਲੈਸ ਇਹਦੇ ਨਾਲ ਥੋੜੀ ਜਿਹੀ ਹੈਵੀ ਲੁੱਕ ਵੀ ਆ ਗਈ ਦੁਪੱਟੇ ਨੂੰ ਜਦੋਂ ਆਪਾਂ ਸਾਈਡ ਤੇ ਇਹਨੂੰ ਰੱਖਾਂਗੇ ਦੁਪੱਟੇ ਨੂੰ ਬਹੁਤ ਸੋਹਣਾ ਲੱਗੂਗਾ ਬਲੈਕ ਕਲਰ ਦਾ ਇਦਾਂ ਦੁਪੱਟਾ ਬਣਿਆ ਹੋਇਆ ਤੁਸੀਂ ਜੇ ਇਹ ਸ਼ੀਸ਼ਿਆਂ ਵਾਲੀ ਲੈਸ ਨਹੀਂ ਲਗਵਾਉਣੀ ਤਾਂ ਨਾਰਮਲ ਲੈਸ ਵੀ ਲਗਵਾ ਸਕਦੇ ਹੋ ਜੇ ਇਦਾਂ ਦੀ ਸੇਮ ਲਗਵਾਉਣਾ ਚਾਹੁੰਦੇ ਹੋ ਸੇਮ ਕਈ ਵਾਰੀ ਨਹੀਂ ਵੀ ਮਿਲਦੀ ਹੈਗੀ ਕਈ ਵਾਰੀ ਆਪਾਂ ਨੂੰ ਜਿਹੜੇ ਆ ਸ਼ੀਸ਼ੇ ਹੁੰਦੇ ਪਲਾਸਟਿਕ ਦੇ ਮਿਲ ਜਾਂਦੇ ਆ ਤਾਂ ਤੁਸੀਂ ਇਦਾਂ ਦਾ ਜਿਹੜਾ ਸੇਮ ਆ ਦੁਪੱਟਾ ਆਪਣਾ ਤਿਆਰ ਕਰਵਾ ਸਕਦੇ ਹੋ ਚਾਰੋਂ ਕਾਰਨਰਸ ਤੇ ਅਸੀਂ ਇਦਾਂ ਸ਼ੀਸ਼ਿਆਂ ਦੀ ਲੈਸ ਲਗਾਈ ਹੋਈ ਆ ਤੇ ਇਹਦਾ ਸਕਰੀਨਸ਼ਾਟ ਕਰਕੇ ਇਹਦਾ ਪ੍ਰਾਈਸ ਵੀ ਜਾਣ ਸਕਦੇ ਹੋ ਤੇ ਇਹ ਹੈਗਾ ਕ੍ਰੇਪ ਦੇ ਉੱਤੇ ਬਣਿਆ ਹੋਇਆ ਤੁਸੀਂ ਇਹਨੂੰ ਜੋਰਜਟ ਤੇ ਵੀ ਬਣਾ ਸਕਦੇ ਹੋ ਕਿਉਂਕਿ ਇਦਾਂ ਹੁੰਦਾ ਕਿ ਦੋਨਾਂ ਦੇ ਵਿੱਚ ਸੇਮ ਹੀ ਇਹਦਾ ਜਿਹੜੀ ਲੁੱਕ ਆਉਂਦੀ ਹੈ ਸੇਮ ਹੀ ਆਉਂਦੀ ਆ ਤੇ ਤੁਸੀਂ ਸੇਮ ਚੀਜ਼ ਬਣਵਾ ਸਕਦੇ ਹੋ ਹੈਵੀ ਕਰਵਾਉਣਾ ਹੈਵੀ ਕਰਵਾ ਸਕਦੇ ਹੋ
ਤੇ ਉਹਨਾਂ ਨੇ ਜਿਹੜਾ ਇਹ ਵਰਕ ਸਾਨੂੰ ਨਾ ਇਹਦੀ ਜਿਹੜੀ ਬਿਲਕੁਲ ਐਂ ਪਿਕਚਰਾਈਜੇਸ਼ਨ ਸਾਨੂੰ ਬਣਾ ਕੇ ਭੇਜੀ ਸੀ ਜਿਹੜੀ ਕਿ ਅਸੀਂ ਬਿਲਕੁਲ ਕਾਪੀ ਕੀਤੀ ਹੈ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਆਹ ਜਿਹੜੇ ਇਹਨਾਂ ਨੇ ਬਣਵਾਏ ਨਾ ਸਿਲਵਰ ਕਲਰ ਦੇ ਵਿੱਚ ਵਾਈਟ ਮੋਤੀ ਲਗਵਾਏ ਆ ਬਸ ਇੰਨਾ ਇੰਨਾ ਹੀ ਜਿਹੜੀ ਇਹਨਾਂ ਨੇ ਪਿਕਚਰਾਈਜੇਸ਼ਨ ਸਾਨੂੰ ਭੇਜੀ ਸੀ ਨਾ ਮੈਂ ਕੋਸ਼ਿਸ਼ ਕਰੂੰਗੀ ਜੀ ਮੈਂ ਸਕਰੀਨ 'ਤੇ ਲਾ ਸਕਾਂ ਜਦੋਂ ਮੈਂ ਥੰਬਨੇਲ ਬਣਾਉਂਗੀ ਕਿਉਂਕਿ ਤੁਹਾਨੂੰ ਨਾ ਐਗਜੈਕਟ ਪਤਾ ਲੱਗ ਜੂਗਾ ਕਿ ਉਹਨਾਂ ਦੀ ਜਿਹੜੀ ਬੱਚੇ ਦੀ ਕਲਾਕਾਰੀ ਸੀ ਇੰਨੀ ਕੁ ਜ਼ਿਆਦਾ ਸੋਹਣੀ ਸੀ ਕਿ ਅਸੀਂ ਉਹਨੂੰ ਜਮ੍ਹਾਂ ਕਾਪੀ ਕੀਤਾ ਆ ਜਿਵੇਂ ਉਹਨਾਂ ਨੇ ਸਾਨੂੰ ਇਹ ਸੂਟ ਭੇਜਿਆ ਸੀ ਨਾ ਵੀ ਇੱਦਾਂ ਏ ਲਾਈਨ ਸ਼ੇਪ 'ਚ ਹੋਣਾ ਚਾਹੀਦਾ ਅਤੇ ਇੱਦਾਂ ਸਾਡੇ ਸੂਟ ਨੂੰ ਹੈ ਨਾ ਜਿਵੇਂ ਕ੍ਰੀਏਸ਼ਨ ਕਰਨੀ ਆ ਇੱਦਾਂ ਕਰਨੀ ਆ ਤਾਂ ਬਹੁਤ ਪ੍ਰਿਟੀ ਲੱਗ ਰਿਹਾ ਬਾਕੀ ਜਦੋਂ ਵੀਅਰ ਕਰਨਗੇ ਨਾ ਇਸ ਚੀਜ਼ ਨੂੰ ਉਦੋਂ ਇਹਦੀ ਐਗਜੈਕਟ ਲੁੱਕ ਅਗਲੇ ਨੂੰ ਪਤਾ ਲੱਗਦੀ ਆ ਆਹ ਦੇਖੋ ਜਿਵੇਂ ਏ ਲਾਈਨ ਸ਼ੇਪ ਦੇ ਵਿੱਚ ਇਹ ਆਇਆ ਹੋਇਆ ਨਾ ਅਤੇ ਇਹਦੇ ਜਿਹੜਾ ਨੈੱਕ ਬਣਿਆ ਹੋਇਆ ਨਾ ਆਹ ਦੇਖੋ ਨੈੱਕ ਇੱਦਾਂ ਬਣਿਆ ਹੋਇਆ ਵੀ ਜਿਹੜਾ ਇਹਦਾ ਨੈੱਕ ਆ ਨਾ ਇੱਦਾਂ ਸਟ੍ਰੈਪਸ ਲੱਗੀਆਂ ਹੋਈਆਂ ਅਤੇ ਆਹ ਜਿਹੜਾ ਗਲਾ ਇੱਥੋਂ ਤੱਕ ਆਊਗਾ ਮੀਨਸ ਪੂਰਾ ਜਿਵੇਂ ਆਪਾਂ ਕਹਿੰਦੇ ਵੀ ਆਫ ਸ਼ੋਲਡਰ ਹੁੰਦਾ ਉਵੇਂ ਆਊਗਾ ਇਹ ਗਲਾ ਅਤੇ ਆਹ ਜਿਹੜੀਆਂ ਸਟ੍ਰੈਪਸ ਆ ਨਾ ਆਪਣੀਆਂ ਇੱਥੇ ਟਿਕ ਜਾਣਗੀਆਂ ਵੀ ਆਹ ਗਲਾ ਡਿੱਗੂਗਾ ਨਹੀਂ ਇੱਦਾਂ ਨਹੀਂ ਹੈਗਾ ਵੀ ਆਹ ਗਲਾ ਡਿੱਗਣਾ ਜਾਂ ਸਟਾਰਟ ਹੋ ਜੂਗਾ ਇਹ ਗਲਾ ਵੀ ਇੱਥੇ ਹੀ ਖੜ ਜੂਗਾ ਅਤੇ ਜਿਹੜੀਆਂ ਸਟ੍ਰੈਪ ਦੇ ਉੱਤੇ ਵਰਕ ਹੋਇਆ ਹੋਇਆ ਅਤੇ ਸਟ੍ਰੈਪਸ ਇੱਦਾਂ ਹੀ ਇੱਥੇ ਖੜ ਜਾਣਗੀਆਂ ਅਤੇ ਜਦੋਂ ਇਹ ਵੀਅਰ ਕਰਨਗੇ ਜੀ ਉਦੋਂ ਬੜਾ ਪ੍ਰਿਟੀ ਲੱਗੂਗਾ ਇਹ ਬਹੁਤ ਸੋਹਣਾ ਲੱਗੂ ਕਿਉਂਕਿ ਹੁਣ ਇੱਦਾਂ ਨਾ ਆਪਾਂ ਨੂੰ ਇਹਦੀ ਲੁੱਕ ਨਹੀਂ ਇੱਦਾਂ ਪਤਾ ਲੱਗ ਰਹੀ ਜਸਟ ਇੱਦਾਂ ਤੁਸੀਂ ਇਹਨੂੰ ਸਿੰਪਲ ਸੂਟ 'ਚ ਬਣਵਾ ਸਕਦੇ ਹੋ ਉਹਨਾਂ ਨੇ ਤਾਂ ਇੱਦਾਂ ਦਾ ਬਣਵਾਇਆ ਤੁਸੀਂ ਇਹਨੂੰ ਬਿਲਕੁਲ ਸਿੰਪਲ ਸੂਟ ਦੇ ਵਿੱਚ ਜਿਵੇਂ ਆਹ ਇਹਨਾਂ ਨੇ ਬਣਵਾਈਆਂ ਹੋਈਆਂ ਉਵੇਂ ਬਣਵਾ ਸਕਦੇ ਹੋ ਅਤੇ ਜਿਹੜੀਆਂ ਉਹਨਾਂ ਦੀਆਂ ਬਾਜੂ ਨੇ ਜੀ ਬਾਜੂ ਆਹ ਦੇਖੋ ਅਸੀਂ ਇੱਦਾਂ ਉਹਨਾਂ ਨੇ ਜਿਵੇਂ ਉਹਦੇ ਵਿੱਚ ਬਣਾਈ ਹੋਈ ਸੀ ਉਵੇਂ ਹੀ ਬਣਾਈ ਹੋਈ ਆ ਅਤੇ ਉਹਨਾਂ ਨੇ ਇੱਥੇ ਜਿਹੜੀ ਸੀਗੀ ਲੈਸ ਐਡ ਕਰਵਾਈ ਹੋਈ ਸੀ ਵੀ ਮੀਨਸ ਲੈਸ ਕਰਨੀ ਪਰ ਅਸੀਂ ਇਹਨੂੰ ਵਰਕ ਦੇ ਨਾਲ ਹੀ ਕਰ ਦਿੱਤਾ ਕਿਉਂਕਿ ਜਦੋਂ ਸਾਰਾ ਵਰਕ ਹੋ ਰਿਹਾ ਤਾਂ ਅਸੀਂ ਇੱਕ ਅਲੱਗ ਜੀ ਲੈਸ ਲਗਾ ਦਈਏ ਤਾਂ ਵਧੀਆ ਨਹੀਂ ਲੱਗਣੀ ਸੀ ਇਸ ਕਰਕੇ ਅਸੀਂ ਇਹਦੇ ਉੱਤੇ ਉੱਤੇ ਇੱਦਾਂ ਵਰਕ ਕਰ ਦਿੱਤਾ ਜਿਹੜਾ ਕਿ ਹੋਰ ਵੀ ਜ਼ਿਆਦਾ ਇਹਨੂੰ ਸੋਹਣੀ ਲੁੱਕ ਦੇ ਰਿਹਾ ਜੇ ਅਸੀਂ ਇਹਦੇ ਵਿੱਚ ਲੈਸ ਐਡ ਕਰ ਦਿੰਦੇ ਆਪਾਂ ਨੂੰ ਕਾਟਨ ਦੀ ਮਿਲਣੀ ਸੀ ਕਾਟਨ ਦੀ ਫਿਰ ਚੇਂਜ ਜਾਂ ਹੋ ਜਾਣਾ ਸੀ ਕਿਉਂਕਿ ਹੈਂਡ ਵਰਕ ਹੈ ਜਦੋਂ ਇਹਦੇ ਵਿੱਚ ਆਪਾਂ ਕਾਟਨ ਦੀ ਲੈਸ ਯੂਜ਼ ਕਰਕੇ ਥੋੜ੍ਹਾ ਜਿਹਾ ਵੱਖਰਾ ਜਿਹਾ ਹੋ ਜਾਣਾ ਸੀ ਇਹ ਇਸ ਕਰਕੇ ਜੀ ਅਸੀਂ ਇਹਦੇ ਵਿੱਚ ਸਾਰਾ ਵਰਕ ਹੀ ਕੀਤਾ ਹੋਇਆ ਅਤੇ ਸਾਰਾ ਹੈਂਡ ਵਰਕ ਹੈ ਜੀ ਸਾਰਾ ਹੈਂਡ ਵਰਕ ਦੇ ਨਾਲ ਵਾਈਟ ਮੋਤੀਆਂ ਨਾਲ ਹੋਇਆ ਹੋਇਆ ਅਤੇ ਤੁਸੀਂ ਇਹਨੂੰ ਜਿਵੇਂ ਦੇਣਾ ਚਾਹੁੰਦੇ ਹੋ ਲੁੱਕ ਆਪਣੀ ਸੂਟ ਸਟਾਈਲ ਦੇ ਸਕਦੇ ਹੋ ਜਿਵੇਂ ਇਹ ਥੋੜ੍ਹਾ ਜਿਹਾ ਏ ਲਾਈਨ ਸ਼ੇਪ ਹੈ ਅਤੇ ਇਹਦਾ ਜਿਹੜਾ ਗਲਾ ਥੋੜ੍ਹਾ ਜਿਹਾ ਡਿਜ਼ਾਈਨਰ ਲੁੱਕ ਬਣਿਆ ਹੋਇਆ ਮੀਨਸ ਇੱਕ ਡਰੈਸ ਟਾਈਪ ਹੀ ਬਣਿਆ ਹੋਇਆ ਇਹਦਾ ਗਲਾ ਦੇਖੋ ਮੇਰੇ ਸਾਈਜ਼ ਤੋਂ ਤਾਂ ਇਹ ਵੱਡਾ ਆ ਉਹਨਾਂ ਦੇ ਤਾਂ ਬਿਲਕੁਲ ਆਪਣੇ ਸਾਈਜ਼ ਦੇ ਹਿਸਾਬ ਨਾਲ ਇੱਥੋਂ ਦੇ ਹਿਸਾਬ ਨਾਲ ਬਿਲਕੁਲ ਪਰਫੈਕਟ ਆ ਜੂਗਾ ਸਟ੍ਰੈਪਸ ਬਹੁਤ ਸੋਹਣੀਆਂ ਲੱਗਦੀਆਂ ਤੁਸੀਂ ਜੇ ਇਹਨੂੰ ਬਣਾਉਣਾ ਚਾਹੁੰਦੇ ਹੋ ਨਾ ਕਈ ਲੋਕ ਪਸੰਦ ਕਰਦੇ ਜਿਵੇਂ ਗਰਲਿਸ਼ ਲੁੱਕ ਪਸੰਦ ਕਰਦੇ ਹੁੰਦੇ ਆ ਇਕੱਲੀਆਂ ਸਟ੍ਰੈਪਸ ਦੇ ਨਾਲ ਵੀ ਇਹ ਸੂਟ ਬਣਾ ਸਕਦੇ ਹੋ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਇਕੱਲੀਆਂ ਸਟ੍ਰੈਪ ਜਿਹੜੇ ਵੀਅਰ ਕਰ ਲੈਂਦੇ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤਾਂ ਨਹੀਂ ਮੈਂ ਸੁਜੈਸਟ ਕਰੂੰਗੀ ਜਿਹੜੇ ਵੀਅਰ ਕਰ ਲੈਂਦੇ ਆ ਇੱਦਾਂ ਦੀਆਂ ਚੀਜ਼ਾਂ ਤਾਂ ਤੁਸੀਂ ਇਹਨੂੰ ਇੱਕ ਡਰੈਸ ਦੀ ਤਰ੍ਹਾਂ ਵੀ ਬਣਾ ਸਕਦੇ ਹੋ ਸਟ੍ਰੈਪਸ ਲਗਵਾ ਕੇ ਸੂਟ ਬਹੁਤ ਸੋਹਣੇ ਲੱਗਦੇ ਆ ਇੱਦਾਂ ਦੀਆਂ ਬਾਹਾਂ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਬਾਹਾਂ ਵੀ ਇੱਦਾਂ ਕਰਵਾ ਸਕਦੇ ਹੋ ਜੇ ਤੁਸੀਂ ਸਟ੍ਰੈਪਸ ਲਗਵਾਓਗੇ ਫਿਰ ਬਾਹਾਂ ਦੀ ਤਾਂ ਨੀਡ ਹੀ ਨਹੀਂ ਹੈਗੀ ਜੀ ਇਹ ਤਾਂ ਬਿਲਕੁਲ ਇੱਦਾਂ ਬਣ ਜੂ ਤੇ ਜਿਹੜੀ ਉਹਨਾਂ ਦੀ ਸਲਵਾਰ ਬਣੀ ਹੋਈ ਹੈ ਨਾ ਨੀਚੋਂ ਸਲਵਾਰ ਇੱਦਾਂ ਦੀ ਬਣੀ ਹੋਈ ਆ ਆਹ ਦੇਖੋ ਜਿਵੇਂ ਇੱਥੇ ਚੁੰਨਟ ਪੈ ਕੇ ਨਾ ਨੀਚੇ ਜਿਵੇਂ ਆਪਣੀ ਸਲਵਾਰ ਬਣਦੀ ਹੈ ਨਾ ਚੁੰਨਟ ਪੈ ਕੇ ਜਿਵੇਂ ਆਪਾਂ ਬਾਹਾਂ 'ਤੇ ਇੱਥੇ ਬਣਵਾ ਲੈਂਦੇ ਹਾਂ ਉਵੇਂ ਇਹ ਸਲਵਾਰ ਦਾ ਵੀ ਅੱਜ ਕੱਲ੍ਹ ਟ੍ਰੈਂਡ ਚੱਲਿਆ ਸਲਵਾਰ ਉਹਨਾਂ ਦੀ ਇੱਦਾਂ ਦੀ ਬਣੀ ਹੋਈ ਆ ਬਹੁਤ ਸੋਹਣੀ ਲੁੱਕ ਦੇ ਰਿਹਾ ਜੀ ਇਹ ਸੂਟ ਇੱਕ ਡਰੈਸ ਟਾਈਪ ਮੈਂ ਫੋਟੋ ਜ਼ਰੂਰ ਉਹ ਲੱਭੂੰਗੀ ਜਿਹੜੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਸੀਗੀ ਉਹਦੇ ਨਾਲ ਤੁਹਾਨੂੰ ਨਾ ਐਗਜੈਕਟ ਇਹਦੀ ਜਦੋਂ ਉਹਨਾਂ ਨੇ ਉਹ ਬਣਾਈ ਹੋਈ ਹੈ ਇੱਕ ਪਿਕਚਰਾਈਜੇਸ਼ਨ ਉਹਦੇ ਨਾਲ ਤੁਹਾਨੂੰ ਐਗਜੈਕਟ ਇਹਦੀ ਲੁੱਕ ਪਤਾ ਲੱਗੂ ਵੀ ਕਿੱਦਾਂ ਦੀ ਹੈ ਅਤੇ ਜਿਹੜਾ ਇਹਦੇ ਨਾਲ ਦੁਪੱਟਾ ਹੈ ਜੀ ਦੁਪੱਟਾ ਹੈਗਾ ਪਿਓਰ ਔਰਗੈਂਜ਼ਾ ਦਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਜਿਹੜਾ ਇਹ ਕਲਰ ਹੈ ਇਹ ਉਹਦੇ 'ਤੇ ਸੈਮੀ 'ਤੇ ਚੜ੍ਹਦਾ ਨਹੀਂ ਹੈਗਾ ਚਾਹੇ ਤੁਸੀਂ ਕੈਮੀਕਲੀ ਟਰਾਈ ਕਰ ਲਓ ਨਹੀਂ ਚੜ੍ਹਨਾ ਹੈਗਾ ਇਸ ਕਰਕੇ ਜੀ ਇਹਦਾ ਦੁਪੱਟਾ ਸੀ ਪਿਓਰ ਔਰਗੈਂਜ਼ਾ ਦਾ ਕਰਕੇ ਜਿਵੇਂ ਉਹਨਾਂ ਨੇ ਸਾਨੂੰ ਆ ਮੋਤੀਆਂ ਵਾਲੀ ਲੈਸ ਵਾਈਟ ਕਲਰ ਦੀ ਕਹੀ ਸੀ ਇਹਦਾ ਰੀਜ਼ਨ ਵੀ ਇਹ ਆ ਕਿਉਂਕਿ ਉਹਨਾਂ ਦੇ ਆਲਰੇਡੀ ਇੱਥੇ ਸਾਰੇ ਆ ਦੇਖੋ ਮੋਤੀ ਲੱਗੇ ਹੋਏ ਆ ਅਤੇ ਜਮ੍ਹਾਂ ਸੇਮ ਲੁੱਕ ਦੇਣ ਵਾਸਤੇ ਆਪਾਂ ਨੇ ਮੋਤੀਆਂ ਵਾਲੀ ਲੈਸ ਹੀ ਉਹਨਾਂ ਨੂੰ ਦਿੱਤੀ ਹੋਈ ਆ ਅਤੇ ਪਿਓਰ ਔਰਗੈਂਜ਼ਾ ਦਾ ਜਿਹੜਾ ਉਹਨਾਂ ਦਾ ਦੁਪੱਟਾ ਆ ਤੁਸੀਂ ਸੇਮ ਇਹੋ ਜਿਹੀ ਚੀਜ਼ ਬਣਾ ਸਕਦੇ ਹੋ ਜੀ ਸੇਮ ਕਰਨਾ ਚਾਹੁੰਦੇ ਹੋ ਸੇਮ ਕਰ ਸਕਦੇ ਹੋ ਡਿਫਰੈਂਟ ਕਰਨਾ ਚਾਹੁੰਦੇ ਹੋ ਡਿਫਰੈਂਟ ਕਰ ਸਕਦੇ ਹੋ ਫਰੋਕ ਸਟਾਈਲ ਬਣਾ ਸਕਦੇ ਹੋ ਸੂਟ ਸਟਾਈਲ ਬਣਾ ਸਕਦੇ ਹੋ ਨਾ ਪਲਾਜ਼ੋ ਟਾਈਪ ਬਣਾ ਸਕਦੇ ਹੋ ਜਿਵੇਂ ਇਹਨਾਂ ਨੇ ਇੱਦਾਂ ਦੀ ਸਲਵਾਰ ਬਣਾਈ ਇੱਦਾਂ ਬਣਵਾ ਸਕਦੇ ਹੋ ਅਤੇ ਤੁਸੀਂ ਸਕਰੀਨਸ਼ਾਟ ਕਰਕੇ ਇਹਦਾ ਵੀ ਪ੍ਰਾਈਸ ਜਿਹੜਾ ਹੈ ਸੂਟ ਦਾ ਤੁਸੀਂ ਜਾਣ ਸਕਦੇ ਹੋ ਨੈਕਸਟ ਸੂਟ ਹੈ ਜੀ ਨੈਕਸਟ ਹੈਗਾ ਆਹ ਵਾਲਾ ਮਹਿਰੂਨ ਜਿਹਾ ਕਲਰ ਜਿਵੇਂ ਬਲੈਕਿਸ਼ ਮਹਿਰੂਨ ਜਿਹਾ ਹੁੰਦਾ ਆ ਇਹ ਤੁਹਾਨੂੰ ਡਿਜ਼ਾਈਨ ਦੇਖ ਕੇ ਪਤਾ ਲੱਗ ਜੂਗੀ ਅੱਜ ਕੱਲ੍ਹ ਬਹੁਤ ਟ੍ਰੈਂਡਿੰਗ 'ਚ ਆ ਅਸੀਂ ਆਲਰੇਡੀ ਬਣਾ ਵੀ ਚੁੱਕੇ ਹਾਂ ਅਤੇ ਇਹਦੀ ਸਟਿਚਿੰਗ ਤੋਂ ਬਾਅਦ ਨਾ ਇੱਕ ਸੂਟ ਬਣਿਆ ਹੈ ਸਾਡਾ ਦੁਪੱਟੇ ਦੇ ਨਾਲ ਮੈਂ ਤੁਹਾਨੂੰ ਉਹਦੀ ਵੀ ਲੁੱਕ ਦਿਖਾ ਦੂੰਗੀ ਆਹ ਦੇਖੋ ਜੀ ਇਹ ਹੈਗਾ ਗਲੇ ਦਾ ਇੱਧਰੋਂ ਡਿਜ਼ਾਈਨ ਜਿਹੜਾ ਇਹਦੀ ਸ਼ਰਟ 'ਤੇ ਆਉਂਦਾ ਸਾਰਾ ਇੱਦਾਂ ਦਾ ਡਿਜ਼ਾਈਨ ਆਉਂਦਾ ਦੇਖੋ ਪੈਨਲ ਟਾਈਪ ਬਣੇ ਹੋਏ ਨੇ ਇੱਥੋਂ ਤਾਂ ਥੋੜ੍ਹੇ ਜਿਹੇ ਆਪਾਂ ਨੂੰ ਐਂ ਜਿਹੇ ਲੱਗਣਗੇ ਕਿਉਂਕਿ ਸਟਿਚ ਨਹੀਂ ਨਾ ਹੋਇਆ ਹੋਇਆ ਸਟਿਚਿੰਗ ਵਾਲਾ ਵੀ ਅਸੀਂ ਸੂਟ ਜਲਦੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਫਿਰ ਉਹਦੇ 'ਚ ਤੁਹਾਨੂੰ ਲੁੱਕ
ਇਹਦਾ ਜਿਹੜੀ ਐਡਜਸਟਮੈਂਟ ਹੈ ਅਤੇ ਇਹਦੀ ਲੈਂਥ 42 ਹੋਊਗੀ ਆਰਾਮ ਨਾਲ। ਮੈਂ ਤੁਹਾਨੂੰ ਦੱਸ ਦੂੰਗੀ ਜੀ ਇਹਦੀ, ਮੈਨੂੰ ਪਰਸਨਲੀ ਪੁੱਛ ਲਿਓ। ਸਾਰਾ ਹੈਂਡਵਰਕ ਦਾ ਸੂਟ ਆ, ਮੈਂ ਕੋਲੇ ਕਰਕੇ ਦਿਖਾ ਦਿੰਦੀ ਜੀ। ਇਸ਼ੂ ਕੋਈ ਨਹੀਂ ਹੈਗਾ, ਜਸਟ ਸਾਡੇ ਤੋਂ ਕਲਰ ਰੋਂਗ ਬਣ ਗਿਆ ਸੀ ਐਕਚੁਲੀ, ਜਿਹੜਾ ਕਲਰ ਅਸੀਂ ਬਣਾਉਣਾ ਚਾਹੁੰਦੇ ਸੀ ਬਾਈ ਮਿਸਟੇਕ ਸਾਡੇ ਤੋਂ ਇਹ ਕਲਰ ਬਣ ਗਿਆ, ਇਸ ਕਰਕੇ ਸਾਡੇ ਕੋਲ ਇਹ ਐਕਸਟਰਾ ਪੀਸ ਪਿਆ ਆ। ਤੁਸੀਂ ਇਹਨੂੰ ਇੱਦਾਂ ਹੀ ਬਾਏ ਕਰ ਸਕਦੇ ਹੋ। ਹੈਂਡਵਰਕ ਆ, ਆਪਾਂ ਨੂੰ ਪਾਰਟੀ ਵੀਅਰ ਲੁੱਕ ਚਾਹੀਦਾ ਤਾਂ ਬਹੁਤ ਵਧੀਆ ਚੀਜ਼ ਬਣੀ ਹੋਈ ਆ। ਅਤੇ ਆਹ ਇੱਧਰ ਇਹਨਾਂ ਦੀਆਂ ਬਾਹਾਂ ਬਣੀਆਂ ਹੋਈਆਂ ਨੇ, ਆਹ ਦੇਖੋ ਬਾਹਾਂ 'ਤੇ ਵੀ ਸਾਰਾ ਹੈਂਡਵਰਕ ਹੋਇਆ ਹੋਇਆ। ਅਤੇ ਇਹਦੀ ਸਲਵਾਰ ਪਲਾਜ਼ੋ ਕੁਛ ਵੀ ਬਣਾ ਸਕਦੇ ਹੋ, ਉਹਦੇ 'ਤੇ ਵੀ ਵਰਕ ਆ। ਮੈਂ ਤੁਹਾਨੂੰ ਸ਼ੋਅ ਕਰਦੀ ਹਾਂ, ਆਹ ਇਹਦੀਆਂ ਬਾਹਾਂ ਨੇ, ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ। ਕੱਟ ਦਾਣੇ ਦੇ ਨਾਲ ਇੱਥੇ ਆਹ ਜਿਹੜੇ ਮੋਤੀ ਆਪਣੇ ਕੋਪਰ ਸ਼ੇਡ ਦੇ ਆਉਂਦੇ ਨੇ, ਹੈ ਨਾ, ਇਹ ਵਾਲੇ ਲੱਗੇ ਹੋਏ ਨੇ। ਅਤੇ ਜਿਹੜੀ ਇਹਦੀ ਪਲਾਜ਼ੋ ਦੀ ਲੁੱਕ ਆ, ਪਲਾਜ਼ੋ ਦੀ ਲੁੱਕ ਇੱਦਾਂ ਦੀ, ਮੈਂ ਤੁਹਾਨੂੰ ਫੋਟੋ ਸ਼ੇਅਰ ਕਰ ਦੂੰਗੀ ਜੀ, ਜੇ ਤੁਸੀਂ ਚਾਹੋਗੇ ਤਾਂ ਸਕਰੀਨ 'ਤੇ ਅਸੀਂ ਲਾ ਦੇਵਾਂਗੇ। ਆਹ ਦੇਖੋ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ, ਪਲਾਜ਼ੋ ਵੀ ਬਣਾ ਸਕਦੇ ਹੋ। ਅਤੇ ਇਹਦੇ ਨਾਲ ਸੇਮ ਦੁਪੱਟਾ ਕਰਕੇ, ਜਿਵੇਂ ਅਸੀਂ ਉਹਨਾਂ ਦਾ ਸੂਟ ਬਣਾਇਆ, ਸੇਮ ਦੁਪੱਟਾ ਕਰਕੇ ਕਰਲੀ ਲੈਸ ਲਗਾ ਕੇ ਸਿੰਗਲ ਟਾਂਕੇ ਵਾਲੀ ਅਸੀਂ ਦੋ ਚਾਰੇ ਪਾਸੇ ਘੁਮਾਤੀ ਲੈਸ। ਬਟ ਉਹ ਜਦੋਂ ਵੀਡੀਓ ਆਊਗੀ ਤੁਹਾਨੂੰ ਪਤਾ ਲੱਗ ਜੂ ਕਿੱਦਾਂ ਬਣਿਆ ਹੋਇਆ। ਅਤੇ ਸਾਰਾ ਹੈਂਡਵਰਕ ਹੈ ਜੀ। ਪਲੀਜ਼ ਇਹਦਾ ਪ੍ਰਾਈਸ ਸਾਨੂੰ ਪੁੱਛ ਲਿਓ ਵਟਸਐਪ ਕਰਕੇ, ਸਕਰੀਨਸ਼ਾਟ ਕਰਕੇ। ਅਤੇ ਜਿਹੜੇ ਇਹਦਾ ਦੁਪੱਟਾ ਵਗੈਰਾ ਨਹੀਂ ਹੈਗਾ, ਅਸੀਂ ਰੈਡੀ ਕਰ ਦੇਵਾਂਗੇ। ਅਤੇ ਸਾਰਾ ਹੈਂਡਵਰਕ ਦਾ, ਅਤੇ ਜਿਹੜਾ ਇਹ ਸਟੱਫ ਹੈ, ਇਹ ਸਟੱਫ ਹੈਗਾ ਕਰੇਪ ਦਾ। ਜਿਹੜਾ ਨੈਕਸਟ ਸੂਟ ਹੈ ਜੀ, ਨੈਕਸਟ ਹੈਗਾ, ਅਸੀਂ ਬਿਲਕੁਲ ਪਲੇਨ ਬਣਾਇਆ, ਬਟ ਉਹਨਾਂ ਦਾ ਜਿਹੜਾ ਦੁਪੱਟਾ ਹੈ ਜੀ, ਦੁਪੱਟਾ ਹੈਵੀ ਆ। ਆਹ ਦੇਖੋ ਦੁਪੱਟਾ ਉਹਨਾਂ ਦਾ ਸਾਰਾ ਹੈਂਡਵਰਕ ਦੇ ਨਾਲ ਹੋਇਆ ਹੋਇਆ, ਚਨੋਨ ਦਾ ਦੁਪੱਟਾ, ਹੈਵੀ ਦੁਪੱਟਾ ਪੂਰਾ। ਇਹ ਦੁਪੱਟੇ ਅਸੀਂ ਪਹਿਲਾਂ ਵੀ ਬਣਾ ਚੁੱਕੇ ਹਾਂ, ਤੁਸੀਂ ਸਾਡੀ ਸ਼ਾਇਦ ਵੀਡੀਓਸ 'ਚ ਦੇਖੀ ਹੋਣਗੇ। ਬਹੁਤ ਸੋਹਣਾ ਲੱਗ ਰਿਹਾ ਜੀ ਇਹ ਦੁਪੱਟਾ, ਚਾਰੋਂ ਤਰਫ ਤੋਂ ਕੱਢਿਆ ਹੋਇਆ ਹੈਂਡਵਰਕ ਆ। ਅਤੇ ਜਦੋਂ ਆਪਾਂ ਇਹੋ ਜਿਹਾ ਕੁਛ ਲੁੱਕ ਲੈਣੀ ਹੋਵੇ, ਬਹੁਤ ਪ੍ਰਿਟੀ ਲੱਗਦੀ ਆ। ਅਤੇ ਇਹਦੇ ਨਾਲ ਜਿਹੜਾ ਗੋਟਾ ਲੱਗਿਆ ਹੋਇਆ, ਅਸੀਂ ਚੰਪਾ ਗੋਟਾ ਯੂਜ਼ ਕੀਤਾ ਹੋਇਆ। ਆਹ ਦੇਖੋ ਇਹਦੇ ਨਾਲ ਨਾਲ ਸਾਰਾ ਚੰਪਾ ਗੋਟਾ ਯੂਜ਼ ਹੋਇਆ ਹੋਇਆ, ਬਹੁਤ ਸੋਹਣਾ ਲੱਗ ਰਿਹਾ ਜੀ ਇਹ ਦੁਪੱਟਾ ਹੈਂਡਵਰਕ ਦੇ ਚਨੋਨ ਦੇ ਉੱਤੇ। ਤੁਸੀਂ ਇਹਨੂੰ ਜੋਰ ਉਹਦੇ 'ਤੇ ਕਰਵਾ ਸਕਦੇ ਹੋ, ਜੋਰਜਟ 'ਤੇ ਵੀ ਕਰਵਾ ਸਕਦੇ ਹੋ, ਬਟ ਔਰਗੈਂਜ਼ਾ 'ਤੇ ਵੀ ਕਰਵਾ ਸਕਦੇ ਹੋ। ਅਤੇ ਇਹਦੇ ਨਾਲ ਜਿਹੜਾ ਉਹਨਾਂ ਨੇ ਸੂਟ ਬਣਵਾਇਆ ਹੈ, ਸੂਟ ਜਮਾਂ ਪਲੇਨ ਬਣਵਾਇਆ ਹੈ, ਸੂਟ 'ਤੇ ਕੁਛ ਨਹੀਂ ਅਸੀਂ ਕੀਤਾ ਹੈਗਾ। ਮੀਨਸ ਅੱਜ ਕੱਲ੍ਹ ਜਿਵੇਂ ਟਰੈਂਡ ਚੱਲ ਰਿਹਾ ਸੂਟ ਪਲੇਨ ਅਤੇ ਦੁਪੱਟੇ ਹੈਵੀ, ਉਵੇਂ ਸਾਡੀ ਬੋਟਮ ਜਿਵੇਂ ਬਣਦੀ ਹੁੰਦੀ ਹੈ ਜੀ ਪਾਈਪਿੰਗ ਦੇ ਨਾਲ, ਉਵੇਂ ਬਣੀ ਹੋਈ ਆ। ਅਤੇ ਜਿਹੜਾ ਕਮੀਜ਼ ਆ ਉਹਨਾਂ ਦਾ ਬਿਲਕੁਲ, ਆਹ ਦੇਖੋ ਪਲੇਨ ਬਣਿਆ ਹੋਇਆ ਪਾਈਪਿੰਗ ਦੇ ਨਾਲ, ਪਾਈਪਿੰਗ ਜਿਹੜੀ ਲਾਈ ਹੋਈ ਆ, ਅਸੀਂ ਫਿਨਿਸ਼ਿੰਗ ਪੱਟੀ ਲਗਾਈ ਹੋਈ ਆ। ਆਹ ਦੇਖੋ ਫਿਨਿਸ਼ਿੰਗ ਪੱਟੀ ਦੇ ਨਾਲ ਇਹ ਹੋਰ ਵੀ ਸੋਹਣਾ ਲੱਗਦਾ। ਦੇਖੋ ਇਹਦੇ ਨਾਲ ਮੈਚ ਕਰ ਰਿਹਾ ਬਿਲਕੁਲ। ਅਤੇ ਫਿਨਿਸ਼ਿੰਗ ਪੱਟੀ ਯੂਜ਼ ਕਰਕੇ ਅਸੀਂ ਇਹਨੂੰ ਸੂਟ ਨੂੰ ਕ੍ਰੀਏਸ਼ਨ ਕੀਤੀ ਹੋਈ ਆ। ਬਹੁਤ ਸੋਹਣਾ ਲੱਗਦਾ ਪਿਆ ਜੀ, ਸਿੰਪਲ ਸੂਟ ਆ। ਬਾਕੀ ਇਹਦਾ ਜਿਹੜਾ ਵਰਕ ਆ ਨਾ ਦੁਪੱਟੇ ਦਾ, ਦੁਪੱਟਾ ਇਹਨੂੰ ਜ਼ਿਆਦਾ ਪ੍ਰੋਮੀਨੈਂਟ ਕਰਦਾ, ਕਿਉਂਕਿ ਦੁਪੱਟਾ ਬਹੁਤ ਹੈਵੀ ਆ। ਇਹਨੂੰ ਚਾਹੇ ਆਪਾਂ ਸਾਈਡ 'ਤੇ ਲੈ ਸਕਦੇ ਹਾਂ, ਚਾਹੇ ਆਪਾਂ ਬੁੱਕਲ ਮਾਰ ਸਕਦੇ ਹਾਂ, ਚਾਹੇ ਜਿਵੇਂ ਮਰਜ਼ੀ, ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਇਹਨੂੰ ਦੁਪੱਟੇ ਨੂੰ ਲੈ ਸਕਦੇ ਹੋ। ਅਤੇ ਬਾਕੀ ਤੁਸੀਂ ਇੱਦਾਂ ਦੀਆਂ ਚੀਜ਼ਾਂ ਜੇ ਕ੍ਰੀਏਟ ਕਰਵਾਉਣਾ ਚਾਹੁੰਦੇ ਹੋ ਜੀ, ਸਕਰੀਨਸ਼ਾਟ ਕਰਕੇ ਸਾਨੂੰ ਇਹਨਾਂ ਦੇ ਪ੍ਰਾਈਸ ਵੀ ਜਾਣ ਸਕਦੇ ਹੋ। ਕੁਛ ਸੂਟ 'ਤੇ ਵੀ ਕਰਵਾਉਣਾ ਚਾਹੁੰਦੇ ਹੋ, ਕਿਉਂਕਿ ਸਾਡਾ ਇਹ ਸੂਟ 'ਤੇ ਵੀ ਬਣਿਆ ਹੋਇਆ, ਜਿਵੇਂ ਇਹ ਸਾਡਾ ਡਿਜ਼ਾਈਨ ਚੱਲ ਰਿਹਾ ਸੀ ਨਾ, ਸਾਰਾ ਸੂਟ 'ਤੇ ਵੀ ਬਣਿਆ ਹੋਇਆ, ਸਾਰੀ ਚੁੰਨੀ ਵੀ ਕੱਢੀ ਹੋਈ ਆ। ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਔਨ ਆਰਡਰ 'ਤੇ ਬਣਵਾ ਸਕਦੇ ਹੋ। ਇਹਨਾਂ ਦੇ ਆਰਡਰਸ ਅਸੀਂ ਲੈਂਦੇ ਹਾਂ, ਜਿਹੜੇ ਅਸੀਂ ਜਸਟ ਇੱਕ ਸਟਿਚਿੰਗ ਸਟਾਈਲ ਦਿਖਾਉਂਦੇ ਹਾਂ, ਉਹਨਾਂ ਦੇ ਆਰਡਰਸ ਅਸੀਂ ਨਹੀਂ ਲੈਂਦੇ ਹੈਗੇ ਜੀ। ਇਹਨਾਂ ਦਾ ਤੁਸੀਂ ਜਿਹੜਾ ਪ੍ਰਾਈਜ਼ ਆ ਸਕਰੀਨਸ਼ਾਟ ਕਰਕੇ ਜਾਣ ਸਕਦੇ ਹੋ। ਬਾਕੀ ਇਹ ਸਾਰਾ ਹੈਂਡਵਰਕ ਹੈ ਜੀ, ਤੁਸੀਂ ਇਹਨੂੰ ਮਸ਼ੀਨ 'ਚ ਵੀ ਕ੍ਰੀਏਟ ਕਰਵਾ ਸਕਦੇ ਹੋ, ਕਿਉਂਕਿ ਜਿਹੜਾ ਜਾਲ ਵਾਲਾ ਡਿਜ਼ਾਈਨ ਹੁੰਦਾ ਨਾ, ਉਹਨੂੰ ਮਸ਼ੀਨ 'ਚ ਕਰਨਾ ਈਜ਼ੀ ਹੋ ਜਾਂਦਾ, ਕਈ ਡਿਜ਼ਾਈਨ ਈਜ਼ੀ ਹੋ ਜਾਂਦੇ। ਤਾਂ ਤੁਸੀਂ ਇਹਨਾਂ ਨੂੰ ਕਰਵਾ ਚਾਰ ਸੂਟ ਸੀ ਜਿਹੜੇ ਮੈਂ ਤੁਹਾਨੂੰ ਸ਼ੋਅ ਕੀਤੇ ਆ, ਤਿੰਨ ਤਾਂ ਸਟਿਚ ਨੇ, ਇੱਕ ਅਨਸਟਿਚ ਆ। ਜਿਹੜਾ ਅਨਸਟਿਚ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜੀ, ਦੁਪੱਟਾ ਹੈ ਨਹੀਂ ਸਾਡੇ ਤੋਂ, ਇੱਕ ਗਲਤ ਕਲਰ ਬਣ ਗਿਆ ਸੀਗਾ। ਤੁਸੀਂ ਇੱਦਾਂ ਐਜ਼ ਇਟ ਇਜ਼ ਬਾਏ ਕਰ ਸਕਦੇ ਹੋ ਜੇ ਕਿਸੇ ਨੂੰ ਇਹ ਕਲਰ ਪਸੰਦ ਆ ਤਾਂ, ਕਿਉਂਕਿ ਇਹ ਜਿਹੜਾ ਡਿਜ਼ਾਈਨ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ। ਬਾਕੀ ਜਿਹੜੇ ਅਸੀਂ ਬਣਾਏ ਨੇ ਜੀ, ਤੁਸੀਂ ਔਨ ਆਰਡਰਸ 'ਤੇ ਰੈਡੀ ਕਰਵਾ ਸਕਦੇ ਹੋ, ਸੇਮ ਬਣਾਉਣੇ ਆ ਸੇਮ ਕਰਵਾ ਸਕਦੇ ਹੋ। ਕੁਛ ਸਟਿਚਿੰਗ ਦੇ ਵਿੱਚ ਚੇਂਜ ਕਰਵਾ ਕੇ ਉਹਨਾਂ ਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ, ਸਟੱਫ ਚੇਂਜ ਕਰਨਾ ਚਾਹੁੰਦੇ ਹੋ, ਜਿਵੇਂ ਮਰਜ਼ੀ ਕਰਵਾ ਸਕਦੇ ਹੋ ਜੀ। ਅਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਸਾਡੇ ਚਾਰੋਂ ਸੂਟ ਵਧੀਆ ਲੱਗੇ ਹੋਣਗੇ। ਵਧੀਆ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਐਂਡ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗਦੀਆਂ ਨੇ। ਸਤਿ ਸ਼੍ਰੀ ਅਕਾਲ।